ਸਤਿਗੁਰ ਕਹਿੰਦੇ ਹੋ ਪੂਰਨ ਮਰਦਾ ਆਰੋ ਪ੍ਰਧਾਨ ਮਨੁੱਖ ਜਿਹੜੇ ਵਾਹਿਗੁਰੂ ਦੀ ਕਥਾ ਸੁਣਦੇ ਨੇ ਸਾਡੇ ਤੋਂ ਪਹਿਲਾਂ ਕੌਮ ਨੇ ਸਰਮੌਨ ਕਥਾ ਵਾਚ ਭਾਈ ਸਾਹਿਬ ਭਾਈ ਮਹਿਲ ਸਿੰਘ ਜੀ ਜਿਹਨਾਂ ਦਾ ਦਾਸਾਂ ਨੇ ਬੜਾ ਲੰਮਾ ਸਮਾਂ ਸੰਗਤ ਕੀਤੀ ਇੱਕ ਮਹੀਨਾ ਅਸੀਂ ਵਿਦੇਸ਼ਾਂ ਵਿੱਚ ਇਕੱਠੇ ਰਹੇ ਹਾਂ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਇੱਕ ਬਚਨ ਕਿਹਾ ਕਰਦੇ ਸੀ ਵੀ ਜੇ ਸਿੱਖਾਂ ਨੂੰ ਕਿਸੇ ਨੂੰ ਇੱਕ ਜਪਜੀ ਸਾਹਿਬ ਦੇ ਪਾਠ ਦੀ ਸਿੱਖਿਆ ਦੇਣੀ ਹੈ ਨਾ ਪਹਿਲਾਂ ਤੇਰੇ ਆਪਣੇ ਪੰਜ ਹੈਗੇ ਫਿਰ ਕਿਸੇ ਨੂੰ ਸਿੱਖਿਆ ਦੇ ਜੇ ਕਿਸੇ ਨੂੰ ਲੜਨ ਦੀ ਜਾਚ ਸਿਖਾਉਣੀ ਹੋਵੇ ਨਾ ਤੇ ਪਹਿਲਾਂ ਤਲਵਾਰ ਚੁੱਕ ਕੇ ਜੰਗ ਵਿੱਚ ਆਪ ਜਾਣਾ ਪਊਗਾ ਜੇ ਕਿਸੇ ਨੂੰ ਤਰਨ ਦੀ ਜਾਚ ਸਿਖਾਉਣੀ ਹੋਵੇ ਤੇ ਪਾਣੀ ਵਿੱਚ ਪਹਿਲਾਂ ਆਪ ਵੜਨਾ ਪਊਗਾ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਜਿਹਨਾਂ ਗੁਰੂ ਨਾਨਕ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਇਤਿਹਾਸ ਗਿੱਠਾਂ ਵੀ ਇੰਚਾਂ ਦੇ ਨਾਲ ਮਿਲ ਕੇ ਲਿਖਿਆ ਬੜਾ ਘੱਟ ਬੋਲਿਆ ਕਰਦੇ ਸੀ ਇੱਕ ਦਿਨ ਸੈਕਟਰੀ ਸਾਹਿਬ ਨੇ ਆਖਿਆ ਵੀ ਗਿਆਨੀ ਜੀ ਵੀ 10 ਕੁ ਮਿੰਟ ਹਾਜ਼ਰੀ ਭਰਨਗੇ ਉਹਨਾਂ ਸਟੇਜ 'ਤੇ ਉੱਠ ਕੇ ਆਖਿਆ ਵੀ ਮੈਂ ਸੰਗਤ ਨੂੰ ਕੁਝ ਨਹੀਂ ਕਹਿਣਾ ਚਾਹੁੰਦਾ ਜਿਹੜੀ ਮੇਰੀ ਸ਼੍ਰੇਣੀ ਅਤੇ ਮੇਰੇ ਪ੍ਰਚਾਰਕ ਵੀਰ ਹਨ ਮੈਂ ਉਹਨਾਂ ਨੂੰ ਬੇਨਤੀ ਕਰੂੰਗਾ ਵੀ ਆਪਣਾ ਜਿਹੜਾ ਜੀਵਨ ਆ ਪ੍ਰੈਕਟੀਕਲ ਬਣਾਓ ਸੰਤ ਸਿੰਘ ਜੀ ਮਸਕੀਨ ਜੀ ਨੂੰ ਕਿਸੇ ਨੇ ਸਵਾਲ ਕੀਤਾ ਸਿੱਖੀ ਦਾ ਇੰਨਾ ਪ੍ਰਚਾਰ ਹੋ ਰਿਹਾ ਇੰਨਾ ਲਿਟਰੇਚਰ ਵੰਡਿਆ ਜਾ ਰਿਹਾ ਅਤੇ ਨੌਜਵਾਨ ਪੀੜ੍ਹੀ ਅਤੇ ਪੱਤਪੁਰੇ ਦੇ ਵਹਿਮ ਦੇ ਵਿੱਚ ਜ਼ਿਆਦਾ ਰੁੜਦੀ ਜਾ ਰਹੀ ਹੈ ਕਾਰਨ ਕੀ ਹੈ ਹੁਣ ਮੈਂ ਕਿਸੇ ਨੂੰ ਦੋਸ਼ ਨਹੀਂ ਦਿੱਤਾ ਮੈਂ ਆਪਣੇ ਉੱਤੇ ਗੱਲ ਬਿਤਾ ਲਈ ਉਹਨਾਂ ਆਖਿਆ ਅਸੀਂ ਜਿਹੜੇ ਪ੍ਰਚਾਰਕ ਹਨ ਅਸੀਂ ਪ੍ਰਚਾਰ ਕੀ ਬੁਝੇ ਹੋਏ ਜੀਵੇ ਹਾਂ ਅਤੇ ਬੁਝਿਆ ਦੇਵਾ ਕਿਸੇ ਨੂੰ ਜਗਾ ਨਹੀਂ ਸਕਦਾ ਸਤਿਗੁਰ ਕਿਰਪਾ ਕਰੇ ਹੁਣ ਤੇ ਰਹਿਤ ਅਵਰ ਕੱਛ ਅਵਰ ਕਲਾਵਤ ਮਨੀ ਪ੍ਰੀਤ ਮੁਖੋਂ ਗੰਢ ਲਾਵਤ ਜਾਨਣ ਹਾਰ ਪ੍ਰਭੂ ਪ੍ਰਵੀਨ ਬਾਹਰ ਦੇਖ ਲੈ ਕਾਹੂ ਭੀਨ ਅਵਰ ਪਦੇਸ਼ ਆਪ ਨ ਕਰੈ ਆਵਤ ਜਾਵਤ ਜਨਮੇ ਮਰੇ ਹੋਏ ਗੱਲ ਨਹੀਂ ਪਈ ਜਦੋਂ ਕਿਤੇ ਵਿਦੇਸ਼ਾਂ ਵਿੱਚ ਕਥਾ ਕਰਦੇ ਸੀ ਇਹ ਕੋਈ ਝੂਠੀ ਤਰੀਫ ਨਹੀਂ ਮੈਂ ਆਪ ਲੈਂਦਾ ਨਾ ਸਾਰੀਆਂ ਸੁਰਤਾਂ ਉੱਠ ਕੇ ਇਹਨਾਂ ਦੀ ਮਦਦ ਤੁਰ ਜਾਂਦੀਆਂ ਸੀ ਜਿੱਥੇ ਇਹਨਾਂ ਦੂਜੇ ਗੁਰਦੁਆਰੇ 'ਚ ਦੁਆਰ ਹੁੰਦਾ ਸਤਿਗੁਰ ਕਿਰਪਾ ਕਰੇ ਉਹ ਆਪਣੀ ਮਿਸਾਲ ਆਪ ਹਨ ਸਤਿਗੁਰ ਕਿਰਪਾ ਕਰੇ ਉਹਨਾਂ ਨੇ ਦਵੇਂ ਪੱਖ ਤੁਹਾਡੇ ਸਾਹਮਣੇ ਰੱਖੇ ਆਪ ਭਾਗਾਂ ਵਾਲੇ ਦੇ ਜਿਹੜੇ ਸਿੰਗਤ ਕਰ ਰਹੇ ਨੇ ਸਤਿਗੁਰ ਪਾਤਸ਼ਾਹ ਦੇ ਬਚਨ ਹਨ ਸੇਈ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣੀ ਮਹਾਰਾਜ ਕਹਿੰਦੇ ਉਹ ਮਨੁੱਖ ਬੜੇ ਸੋਹਣੇ ਲੱਗਦੇ ਆ ਜਿਹੜੇ ਸੰਗਤ ਵਿੱਚ ਆ ਕੇ ਬਹਿੰਦੇ ਆ ਜਹੈ ਸਤਿਗੁਰ ਤਹੈ ਸਤ ਸੰਗਤ ਬਣਾਈ ਤੁਮਰੀ ਕਿਰਪਾ ਤੇ ਭੈਉ ਸਾਧ ਸੰਗ ਸਿੱਖੋ ਇਹ ਨਾ ਆਖਿਓ ਅਸੀਂ ਆਪਣੇ ਕੁਟੁੰਬ ਪਰਾਲੇ ਨਾਲ ਚੱਲ ਕੇ ਆ ਨਹੀਂ ਜਿੰਨਾ ਉੱਤੇ ਗੁਰੂ ਮਿਹਰਬਾਨ ਹੋਇਆ ਜਿੰਨਾ ਉੱਤੇ ਗੁਰੂ ਤੁੱਠਾ ਸੰਗਤ ਵਿੱਚ ਉਹ ਜੁੜ ਕੇ ਬੈਠੇ ਆ ਤੁਮਰੀ ਕਿਰਪਾ ਤੇ ਭੈਉ ਸਾਧ ਸੰਗ ਇਹੋ ਕਾਰਜ ਤੁਮ ਆਪ ਕੀ ਸਤਿਗੁਰੂ ਜੀ ਸੰਗਤ ਜਾਣ ਵਾਲਾ ਕਾਰਜ ਤੁਸੀਂ ਆਪ ਕੀਤਾ ਜੀ ਬਾਕੀ ਮਨੁੱਖ ਨੂੰ ਅਪਰਾਧੀ ਮਨੁੱਖ ਨੂੰ ਤੇ ਕੋਈ ਵੀ ਆਪਣੇ ਲਾਗੇ ਨਹੀਂ ਜੇ ਬਿਠਾਉਂਦਾ ਧੰਨਵਾਦ ਕਰੋ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜੇ ਅਪਰਾਧੀਆਂ ਨੂੰ ਆਪਣੀ ਗੋਦ ਵਿੱਚ ਲੈ ਕੇ ਬੈਠੇ ਆ ਇਤਿਹਾਸ ਕੌਮਾਂ ਦੀ ਚਿੰਨ੍ਹ ਜਾਣ ਹੋਇਆ ਕਰਦੇ ਆ ਗੁਰਬਾਣੀ ਸਿੱਖ ਦੀ ਆਤਮਾ ਹੈ ਇਤਿਹਾਸ ਸਿੱਖੀ ਦਾ ਸਰੀਰ ਹੈ ਜਿਹੜੀਆਂ ਕੌਮਾਂ ਆਪਣੇ ਇਤਿਹਾਸ ਨੂੰ ਭੁੱਲ ਜਾਂਦੀਆਂ ਉਹ ਸਲੇਟ ਦੇ ਕੱਚੇ ਅੱਖਰਾਂ ਤਰ੍ਹਾਂ ਸਦਾ ਲਈ ਮਿਟ ਜਾਇਆ ਕਰਦੀਆਂ ਆਪ ਧੰਤਾ ਦੇ ਯੋਗ ਹੋ ਜੋ ਆਪਣੇ ਵਣ ਵਡੇਰੇ ਦਾ ਇਤਿਹਾਸ ਸੁਣ ਵਾਸਤੇ ਬੈਠੇ ਜੇ ਸਤਿਗੁਰ ਪਾਤਸ਼ਾਹ ਦੀ ਬਾਣੀ ਦਾ ਪ੍ਰਮਾਣ ਹੈ ਬਾਣੀਆਂ ਕਹਾਣੀਆਂ ਪੁੱਤ ਸੁਪੁੱਤ ਕਰੇ ਵੱਡਿਆਂ ਦਾ ਇਤਿਹਾਸ ਸੁਣ ਕੇ ਤੇ ਜੀਵਨ ਵਿੱਚ ਬੜੀ ਤਬਦੀਲੀ ਆਉਂਦੀ ਹੈ ਮਹਾਰਾਜਾ ਰਣਜੀਤ ਸਿੰਘ ਜਿਨ੍ਹਾਂ ਦੇ ਰਾਜ ਦੀ ਆਪ ਨਾਲ ਗੱਲ ਸਰਵਣ ਕਰ ਰਹੇ ਸਨ ਕੈਸਾ ਧਰਮੀ ਰਾਜਾ ਸੀ ਇੱਕ ਵਾਰ ਉਹ ਤੁਰੇ ਜਾ ਰਹੇ ਸੀ ਕੁਝ ਮੁੰਡੇ ਬੇਰੀ ਤੋਂ ਬੇਰ ਤੋੜ ਰਹੇ ਸਨ ਨਾ ਤੇ ਉਹਨਾਂ ਬੱਚਿਆਂ ਨੂੰ ਪਤਾ ਸੀ ਵੀ ਮਹਾਰਾਜਾ ਲਾਗੋਂ ਦੀ ਲੰਘ ਰਹੇ ਆ ਤੇ ਨਾ ਰਣਜੀਤ ਸਿੰਘ ਨੂੰ ਪਤਾ ਸੀ ਵੀ ਬੱਚੇ ਬੇਰੀ ਤੋਂ ਬੇਰ ਤੋੜ ਰਹੇ ਆ ਨਾ ਇੱਕ ਟੀਮ ਉਸ ਸ਼ੇਰੇ ਪੰਜਾਬ ਦੇ ਖਿਸਕ ਕੇ ਸਿਰ ਵਿੱਚ ਵੱਜੀ ਉਹਨਾਂ ਬੱਚਿਆਂ ਨੂੰ ਸਿਪਾਹੀਆਂ ਨੇ ਫੜ ਕੇ ਪੇਸ਼ ਕੀਤਾ ਰਾਜੇ ਨੇ ਉਹਨਾਂ ਡਰਿਆ ਹੋਇਆ ਬੱਚਿਆਂ ਨੂੰ ਰਾਜੇ ਰਣਜੀਤ ਸਿੰਘ ਨੇ ਦਲਾਸਾ ਦੇ ਕੇ ਆਖਿਆ ਉਹ ਕਾਕਾ ਤੁਸੀਂ ਢੀਮ ਕਿਹਨੂੰ ਮਾਰੀ ਸੀ ਉਹਨੇ ਆਖਿਆ ਜੀ ਅਸੀਂ ਤੇ ਬੇਰੀ ਨੂੰ ਢੀਮ ਮਾਰੀ ਸੀ ਬੇਰੀ ਨੂੰ ਕੱਲ
ਬਿਮਾਰੀ ਸੀ, ਉਹਨਾਂ ਆਖਿਆ ਜੀ ਉਹ ਤੋਂ ਮਿੱਠਾ ਮਿੱਠਾ ਬੇਲ ਲੈਣਾ ਸੀ। ਸ਼ੇਰੇ ਪੰਜਾਬ ਨੇ ਆਪਣੇ ਖਜ਼ਾਨਜੀ ਨੂੰ ਆਖਿਆ ਮੇਰੇ ਖਜ਼ਾਨੇ ਦੇ ਵਿੱਚੋਂ ਇੱਕ ਇੱਕ ਬੁੱਕ ਇਹਨਾਂ ਨੂੰ ਮੋਹਰਾਂ ਦਾ ਦਿਓ। ਹੈਰਾਨ ਸੀ ਉਸ ਵੇਲੇ ਉਹ ਖਜ਼ਾਨਜੀ, ਇਹਨਾਂ ਗੁਸਤਾਖ ਬੱਚਿਆਂ ਨੇ ਸ਼ੇਰੇ ਪੰਜਾਬ ਨੂੰ ਢੀ ਮਾਰੀ ਆ, ਤੁਸੀਂ ਉਹਨਾਂ ਨੂੰ ਸੋਨਾ ਦੇ ਰਹੇ ਜੀ। ਹੱਸ ਕੇ ਸ਼ੇਰੇ ਪੰਜਾਬ ਕਹਿਣ ਲੱਗਾ ਖਜ਼ਾਨਜੀ ਜੀ ਇਹ ਮੇਰੀ ਜੜ ਰੂਪ ਹੈ, ਇਹ ਹਿੱਲ ਨਹੀਂ ਸਕਦੀ, ਇੱਕ ਜਗ੍ਹਾ ਤੋਂ ਦੂਜੀ ਜਗ੍ਹਾ 'ਤੇ ਨਹੀਂ ਜਾ ਸਕਦੀ, ਇਹ ਬੋਲ ਨਹੀਂ ਸਕਦੀ ਅਤੇ ਇਹ ਮਿੱਠੇ ਬੇਰ ਦਿੰਦੀ ਆ ਅਤੇ ਇਹਦੇ ਵਿੱਚ ਢੀਮਾਂ ਖਾਂਦੀ ਆ ਅਤੇ ਮੈਂ ਦੇਖਦਾ ਰਾਜਾ ਜੇ ਮੈਨੂੰ ਢੀਮ ਵੱਜੇ ਅਤੇ ਮੈਂ ਕੁਝ ਨਾ ਦਿਆ ਫਿਰ ਤਾਂ ਮੈਂ ਰੁੱਖਾਂ ਤੋਂ ਵੀ ਗਿਆ ਗੁਜਰਿਆ, ਫਿਰ ਤਾਂ ਮੈਂ ਬੇੜੀ ਤੋਂ ਵੀ ਪੈਣਾ। ਇਹੋ ਜਿਹਾ ਰਾਜਾ ਰਣਜੀਤ ਸਿੰਘ ਇੱਕ ਦਿਨ ਇੱਕ ਮਾਈ ਲੋਹੇ ਦਾ ਤਵਾ ਲੈ ਕੇ ਖਲੋਤੀ, ਉਹਨੇ ਆਪਣੇ ਨਾਤਿਆਂ ਨੂੰ ਆਖਿਆ ਜਦੋਂ ਸ਼ੇਰੇ ਪੰਜਾਬ ਮੇਰੇ ਕੂਹੇ ਦੇ ਅੱਗਿਓਂ ਦੀ ਲੰਘੇ ਉਦੋਂ ਮੈਨੂੰ ਦੱਸਿਓ ਕੰਨੀ ਮਾਈ ਸੀ। ਸ਼ੇਰੇ ਪੰਜਾਬ ਹਾਥੀ 'ਤੇ ਚੜ੍ਹ ਕੇ ਆ ਰਿਹਾ ਸੀ, ਉਸ ਮਾਈ ਨੂੰ ਨਾਤਿਆਂ ਨੇ ਆਖਿਆ ਮਾਤਾ ਹੁਣ ਤੇਰੇ ਕੂਹੇ ਦੇ ਸਾਹਮਣੇ ਸ਼ੇਰੇ ਪੰਜਾਬ ਰਾਜਾ ਰਣਜੀਤ ਸਿੰਘ ਆ ਗਏ। ਉਸ ਮਾਈ ਨੇ ਆਵਾਜ਼ ਮਾਰੀ ਦੇ ਪੁੱਤ ਰਣਜੀਤ ਸਿਆ, ਜਦੋਂ ਉਸ ਸ਼ੇਰੇ ਪੰਜਾਬ ਦੇ ਕੰਨਾਂ ਵਿੱਚ ਆਵਾਜ਼ ਪਈ ਉਹਨੇ ਆਖਿਆ ਸ਼ੇਰੇ ਪੰਜਾਬ ਸਾਰੇ ਲੋਕਾਂ ਦੇ ਆ, ਰਾਜਾ ਰਣਜੀਤ ਸਿੰਘ ਸਾਰੇ ਲੋਕਾਂ ਦੇ ਆ, ਪਰ ਅੱਜ ਇਸ ਮਾਈ ਨੇ ਮੈਨੂੰ ਪੁੱਤ ਆ ਕੇ ਆਵਾਜ਼ ਮਾਰੀ ਆ, ਇਸ ਮਾਈ ਦੀ ਗੱਲ ਸੁਣਨੀ ਚਾਹੀਦੀ। ਹਾਥੀ ਤੋਂ ਥੱਲੇ ਉੱਤਰ ਆਇਆ, ਉਹਨੇ ਆਖਿਆ ਮਾਈ ਕੀ ਗੱਲ ਆ? ਉਹਨੇ ਆਖਿਆ ਪੁੱਤ ਮੇਰੇ ਲਾਗੇ ਹੋ, ਮੈਨੂੰ ਆਪਣਾ ਤਵਾ ਆਪਣੇ ਨਾਲ ਘਸਾ ਲੈਣ ਦੇ। ਉਹਨੇ ਆਖਿਆ ਕਿਉਂ? ਉਹਨੇ ਆਖਿਆ ਮੈਂ ਸੁਣਿਆ ਤੂੰ ਪਾਰਸ ਆ ਤੇ ਪਾਰਸ ਨਾਲ ਜਿਹੜਾ ਲੋਹਾ ਲੱਗੇ ਉਹ ਸੋਨਾ ਬਣ ਜਾਂਦਾ। ਹੱਸ ਕੇ ਸ਼ੇਰੇ ਪੰਜਾਬ ਕਹਿਣ ਲੱਗਾ ਮਾਈ ਮੈਂ ਉਹ ਪੱਥਰ ਪਾਰਸ ਨਹੀਂ ਜਿਹਦੇ ਨਾਲ ਤੇਰਾ ਲੋਹੇ ਦਾ ਤਵਾ ਸੋਨੇ ਦਾ ਬਣ ਜਾਏਗਾ, ਉਹ ਤਾਂ ਮੇਰੇ ਹੁਕਮ ਦੇ ਨਾਲ ਤੇਰਾ ਜਿਹੜਾ ਤਵਾ ਉਹ ਸੋਨੇ ਦਾ ਹੋ ਜਾਏਗਾ। ਖਜ਼ਾਨਜੀ ਨੂੰ ਆਖਿਆ ਇਸ ਮਾਈ ਨੂੰ ਇਸ ਤਵੇ ਦੇ ਨਾਲ ਤੋੜ ਕੇ ਸੋਨਾ ਲਿਆ ਦਿਓ। ਸਿੱਖੋ ਉਸ ਮਾਈ ਨੇ ਆਖਿਆ ਮੈਂ ਰਾਤ ਨੂੰ ਰੋਟੀ ਪਕਾ ਕੇ ਖਾਣੀ ਆ, ਮੇਰਾ ਤਵਾ ਵੀ ਵਾਪਸ ਹੋਣਾ ਚਾਹੀਦਾ। ਸ਼ੇਰੇ ਪੰਜਾਬ ਨੇ ਖਜ਼ਾਨਜੀ ਨੂੰ ਆਖਿਆ ਇਸ ਮਾਈ ਦਾ ਤਵਾ ਵੀ ਵਾਪਸ ਹੋਣਾ ਚਾਹੀਦਾ। ਏਡਾ ਡੰਡਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਸਿੱਖੋ 40 ਵਰ੍ਹੇ ਉਹਨੇ ਦੁਨੀਆਂ ਉੱਤੇ ਰਾਜ ਕੀਤਾ। ਉਹਦੇ ਰਾਜ ਵਿੱਚ ਇੱਕ ਕਤਲ ਨਹੀਂ ਹੋਇਆ ਅਤੇ ਸੂਈ ਦੇ ਨੱਕੇ ਜਿੰਨੀ ਚੋਰੀ ਨਹੀਂ ਹੋਈ। ਸ਼ੇਰੇ ਪੰਜਾਬ ਨੇ ਆਖਿਆ ਇੱਕ ਦਿਨ ਵੀ ਦੁਕਾਨਾਂ ਸਾਰੀਆਂ ਖੁੱਲ੍ਹੀਆਂ ਛੱਡ ਦਿਓ, ਕੋਈ ਕਿੰਦਰਾ ਨਾ ਮਾਰੋ, ਸਾਰੀ ਰਾਤ ਦੁਕਾਨਾਂ ਖੁੱਲ੍ਹੀਆਂ ਰਹੀਆਂ, ਸੂਈ ਦੇ ਨੱਕੇ ਜਿੰਨੀ ਚੋਰੀ ਨਹੀਂ ਹੋਈ। ਉਹਨੇ ਕੁੱਤੇ ਦੇ ਗਲ ਵਿੱਚ ਇੱਕ ਸੋਨੇ ਦਾ ਕੈਂਠਾ ਪਾ ਕੇ ਛੱਡ ਦਿੱਤਾ। ਕੁੱਤਾ ਸਾਰੀ ਦਿਹਾੜੀ ਗਲੀਆਂ ਬਾਜ਼ਾਰਾਂ ਵਿੱਚ ਫਿਰਦਾ ਰਿਹਾ, ਕਿਸੇ ਦੀ ਜ਼ੁਰਤ ਨਾ ਪਈ ਵੀ ਉਹਦੇ ਗਲ ਵਿੱਚੋਂ ਸੋਨੇ ਦਾ ਕੈਂਠਾ ਲਾ ਲਿਆ ਜਾਵੇ। ਹੁਣ ਤੁਸੀਂ ਕੁੱਤੇ ਦੇ ਗਲ ਵਿੱਚ ਸੋਨੇ ਦਾ ਕੈਂਠਾ ਪਾ ਕੇ ਕਿਤੇ ਛੱਡ ਦਿਓ, ਤੁਹਾਨੂੰ ਤੇ ਸ਼ਾਮ ਨੂੰ ਕੁੱਤਾ ਵੀ ਲੱਭ ਗਿਆ ਤੇ ਮੈਨੂੰ ਪੁੱਛ ਲਿਓ। ਇਹੋ ਜਿਹਾ ਹਾਲ ਸਾਡਾ ਹੋ ਚੁੱਕਾ, ਸਤਿਗੁਰੂ ਕਿਰਪਾ ਕਰੇ। ਉਹ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਉਹਦਾ ਬੜਾ ਚੰਗਾ ਰਾਜ ਸੀ, ਜਥੇਦਾਰ ਦੇ ਤਾਖੇ ਲੱਗ ਕੇ ਸਜ਼ਾ ਲੈਣ ਨੂੰ ਤਿਆਰ ਹੋ ਜਾਂਦਾ ਸੀ। ਸ਼ੇਰੇ ਪੰਜਾਬ ਦੀ ਇੱਕ ਕਵਿਤਾ ਤੁਹਾਡੇ ਸਾਹਮਣੇ ਜੋੜੀ ਪੇਸ਼ ਕਰ ਰਹੀ ਹੈ, ਆਓ ਸਮਝ ਕਰੀਏ ਉਹਦਾ ਕਿੱਡਾ ਚੰਗਾ ਰਾਜ ਸੀ। Yeah.